ਜੇ ਪਿਆਰ ਜਾਇਜ਼ ਹੁੰਦਾ ਤਾਂ ਘਰ ਦੀ ਕੰਧ ਉੱਚੀ ਨਾ ਹੁੰਦੀ। ਗੱਲ ਤਾਂ ਸੁਣ ਲੈ ਸੋਹਣਿਆ, ਜਿਹੜਾ ਬੱਚੇ ਵੱਡੇ ਹੋ ਜਾਣ ਨਾ ਤੇ ਜਿਹੜਾ ਚਿੱਟਾ ਦਾਣਾ ਉਹ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਬੰਦੇ ਦਾ। ਉਹ ਇਸ ਕਰਕੇ ਹੈ ਕਿ ਜਦ ਤੁਸੀਂ ਛੋਟੇ ਛੋਟੇ ਸੀ, ਸਾਰੇ ਇੱਥੇ ਵੀ ਜਿੰਨੇ ਖੜੇ ਹੈ ਛੋਟੇ ਛੋਟੇ ਸੀਗੇ, 5 ਦਹਾਕੇ ਹੋ ਗਏ ਮੈਨੂੰ, ਪਰ ਮੈਂ ਅੱਜ ਵੀ ਮੈਂ ਤੁਹਾਡੇ ਵਰਗਾ ਹੀ ਹਾਂ, ਮੈਂ ਤੁਹਾਡੇ ਲੈਵਲ 'ਤੇ ਜਾ ਕੇ ਗੱਲ ਕਰਦਾ। ਪਰ ਇੱਕ ਗੱਲ ਮੈਂ ਜ਼ਿੰਦਗੀ 'ਚ ਜ਼ਰੂਰ ਕਹੂੰਗਾ ਜਿਹੜੀ ਮੈਂ ਹਮੇਸ਼ਾ ਪ੍ਰਚਲਿਤ ਕਰੀ ਹੈ, ਹਮੇਸ਼ਾ ਗੱਲ ਕਹੀ ਹੈ ਕਿ ਵਡਭਾਗੀ ਹਾਂ ਮੈਂ ਕਿ ਮੈਂ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਛੋਟਾ ਜਿਹਾ ਤਿਣਕਾ ਜਿਹਨੇ ਮਾੜੀ ਮੋਟੀ ਚਮਕ ਪਾਈ ਹੈ। ਪਰ ਜੇ ਮਾੜੀ ਗੱਲ ਸੁਣਨਾ ਫਿਰ ਸਾਰਾ ਕੁਛ ਕਰ ਦੂੰਗਾ, ਸੁਣੋ ਮੈਂ ਕੀ ਕਹਿੰਦਾ। ਇੱਕ ਸਮਾਂ ਸੀ, ਗੱਲ ਤਾਂ ਸੁਣ ਲੈ ਸੋਹਣਿਆ, ਇੱਥੋਂ 40 ਕਿਲੋਮੀਟਰ ਦੂਰ ਸੁੱਕੇ ਰੁੱਖਾਂ ਤੇ ਬੈਠੀਆਂ ਕਿੱਤਾਂ ਨੂੰ ਦੇਖ ਸਕੇ ਕਦੀ, ਜਿੱਥੇ ਕਿਤੇ ਤੇਰੀ ਮਾਂ ਦਾ ਹੱਸਦਾ ਵੱਸਦਾ ਘਰ ਹੁੰਦਾ ਸੀ, ਅੱਜ ਇੱਥੇ ਸੜੀ ਹੋਈ ਜ਼ਮੀਨ ਦਾ ਇੱਕ ਕਾਲਾ ਕਾਲਾ ਜਿਹਾ ਟੁੱਟ ਚੁੱਕਿਆ, ਜਿਹਦੀ ਮਿੱਟੀ ਨੂੰ ਵੇਖ ਕੇ ਸਿਰਫਾਂ ਆਪਣੇ ਪੰਨੂ ਤੇ ਹੀਰਾ ਆਪਣੇ ਰੱਜ ਕੇ ਛੱਡ ਕੇ ਮਰ ਗਈਆਂ, ਦਫ਼ਨ ਹੋ ਗਈਆਂ, ਫਲਾ ਹੋ ਗਈਆਂ, ਪਹਿਲਾਂ ਅੱਜ ਦਾ ਮਿਲਦਾ। ਇਹ ਤਾਂ ਪੁੱਛੇ ਕਿ ਜੰਗ ਸਿੰਘ ਦੇ ਸਾਹਮਣੇ ਖੜਨ ਲਈ ਕਿਹੜਾ ਕਿਹੜਾ ਰਿਸ਼ਤਾ ਲੈ ਕੇ ਆਈ ਹੈ। ਲਓ ਜਿਸ ਸਮੇਂ ਦੇ ਡਾਇਲੋਗ ਨੇ, ਉਸ ਸਮੇਂ ਇੱਕ ਮੇਰੀ ਡ੍ਰੀਮ ਸੀ, ਇੱਕ ਸੁਪਨਾ ਮੈਂ ਲੈਂਦਾ ਸੀ ਜਦ ਮੈਂ ਇੰਡਸਟਰੀ 'ਚ ਆਇਆ ਸੀ। ਤੁਹਾਡੇ ਵੱਡ ਵਡੇਰੇ, ਮੇਰੇ ਸਾਥੀ, ਤੁਹਾਡੇ ਬਜ਼ੁਰਗ, ਤੁਹਾਡੇ ਦਾਦੇ ਚਾਚੇ ਸਾਰੇ, ਉਦੋਂ ਮੈਂ ਇੱਕ ਸੁਪਨਾ ਲਿਆ ਸੀ। ਸੁਣਾਉਣਾ, ਮਾਈਕ ਨਹੀਂ ਛੱਡਦਾ ਜਦ ਤੱਕ ਕਹਿੰਦੇ ਨਹੀਂ, ਪਰ ਇੱਕ ਮੇਰੀ ਗੱਲ ਸੁਣੋ, ਮੈਂ ਕਹਿੰਦਾ ਕੀ ਚਾਹੁੰਦਾ। ਮੇਰਾ ਉਦੋਂ ਸੁਪਨਾ ਸੀ ਕਿ ਪੰਜਾਬ ਦੀ ਧਰਤੀ ਦਾ ਰਾਈਟਰ ਹੋਵੇ, ਪੰਜਾਬ ਦੀ ਧਰਤੀ ਦਾ ਪ੍ਰੋਡਿਊਸਰ ਹੋਵੇ, ਪੰਜਾਬ ਦੀ ਧਰਤੀ ਦੇ ਸਾਰੇ ਐਕਟਰ ਹੋਣ ਜਿਹੜੇ ਸਟੇਜਾਂ ਤੇ ਜਾਂ ਟੀਵੀਆਂ ਤੇ ਕੰਮ ਕਰਦੇ ਸੀ, ਕਿ ਸਾਨੂੰ ਬੰਬੇ ਜਾ ਕੇ ਮੱਥਾ ਨਾ ਟੇਕਣਾ ਪਵੇ। ਉਹ ਸੁਪਨਾ ਰੱਬ ਨੇ ਸਾਕਾਰ ਕੀਤਾ। ਮੈਂ ਸਾਰੇ ਪੰਜਾਬੀ ਆਰਟਿਸਟਾਂ ਦਾ, ਸਾਰੇ ਪੰਜਾਬੀ ਪਰਿਵਾਰ ਦਾ ਤਹਿ ਦਿਲੀ ਧੰਨਵਾਦੀਆਂ ਤੇ ਉਹਨਾਂ ਚਰਨਾਂ 'ਚ ਨਮਸਕਾਰ ਕਰਦਾ। ਹੁਣ ਦੱਸੋ ਕੀ ਸੁਣ। ਜੇ ਪਿਆਰ ਜਾਇਜ਼ ਹੁੰਦਾ ਤਾਂ ਘਰ ਦੀ ਕੰਧ ਉੱਚੀ ਨਾ ਹੁੰਦੀ। ਜੇ ਪਿਆਰ ਜਾਇਜ਼ ਹੁੰਦਾ ਤਾਂ ਕਿਸੇ ਪਿਓ ਦੇ ਸਿਰ ਤੇ ਪੱਗ ਨਾ ਹੁੰਦੀ। ਜੇ ਗਹਿਰਾ ਨਾਲ ਖੁੱਲ ਮਿਲ ਕੇ ਨਾ ਪਿਆਰ ਹੈ ਤੇ ਮੈਂ ਇਸ ਪਿਆਰ ਦਾ ਵਜੂਦ ਇਸ ਧਰਤੀ ਦਾ ਮਿਟਾ ਦਿਆਂਗਾ। ਅੱਜ ਤੋਂ ਬਾਅਦ ਕੋਈ ਦੋ ਸਿਰਾਂ ਵਾਲਾ ਜੰਮੇਗੀ ਤੇ ਮੈਦਾਨ ਲੱਗੇਗਾ ਨਾ ਭਾਈ। ਇੱਕ ਸਿਰੀਏ ਤਾਂ ਉੱਚਾ ਸਾਹ ਲਵਾਂ ਡਿੱਗ ਪੈਂਦੇ ਨੇ, ਦੱਸ ਮੈਂ ਕੀ ਕਰਾਂ। ਲਓ ਜੀ, ਇੰਨੀ ਗੱਲ ਹੈ, ਇੰਨੀ ਬਾਤ ਹੈ। ਫਿਲਮ ਬਹੁਤ ਸੋਹਣੀ ਬਣੀ ਹੈ, ਬੂ ਮੈਂ ਡਰ ਗਈ। ਦੇਖਿਓ, ਦੱਸਿਓ, ਕਿਉਂਕਿ ਪੰਜਾਬੀ ਹਰ ਫਿਲਮ ਇੰਡਸਟਰੀ ਦੀ ਕੋਈ ਵੀ ਫਿਲਮ ਤੁਸੀਂ ਜਾ ਕੇ ਦੇਖਿਆ ਕਰੋ, ਦੱਸਿਆ ਕਰੋ ਕੈਸੀ ਬਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।